सिर्फ अणख दा ते अड़ी दा सीगा थां दा सिर्फ तीन मरले सी। अच्छा तेरे साले अगे एक जड़वैड नहीं सी मान हुण दो हो गए छड चोले नूं गप बोलने पैंदे आफ्टर ऑल मैं ठोकूं गप ठीक मैं सुनिया तुसीं केस हार गए लड़ाई माफ करो कुत्ते दी लिंडी साफ करो मेरे साले सुडलो एक दूजे तो माफी मंगाउण दे चक्कर च जिंदगी कढ लिओ जे तू नहीं जाना मेरा मरे दा मुंह देख के चाचा मेरा मरे दा मुंह तन मर लिया पिछे मेरे सालियां ने 3 करोड़ खर्चता बेड़ियां हुण बनियां इक सार जोड़ियां हुण बनियां ओ कैला ओ उठकार कंजर दा तैनू बड़ी तगड़ी खुशखबरी दसनी है। की हो गया चाचा? झगड़े बथेरे हुए जिन्ना पैसा लगा मैं सारा भुल गया केस जित गया जे उत्ते हो गया सिर तेरे भरा दा। चाचा 15 साल हो गए केस लड़दे नूं आपां नूं। ओ 15 नहीं होए कंजर दा हां आपां नूं 11 साल हो गए 11 साल 3 महीने बाद आपां केस जित्ते जो पहली बार लत्त तोड़ी सामने दी आपां खेत उदो अपने 307 दा परचा पै गया सी पर मैं उदो केस इहो जिहा बना लिया कि केस जिहड़ा अपने अज हक च हो गया जट्टा इह तां लग गए जट्टा लड़ाइयां हो गया 3-4 वारी हां पर अज जिहड़ा झंडा गड़ता ना ਸਿਰਫ ਅਣਖ ਦਾ ਅੜੀ ਦਾ ਸੀਗਾ ਥਾਂ ਦਾ ਸਿਰਫ ਤਿੰਨ ਮਰਲੇ ਸੀ ਅੱਛਾ ਹਾਂ ਤੇ ਚਾਚਾ 3 ਮਰਲੇ ਕਿੰਨੇ ਦੇ ਹੋਣਗੇ ਇਹ ਮਤਲਬ ਜੇ ਆਪਾਂ ਪੈਸੇ ਲਾਈਏ ਕਿੰਨੇ ਦੇ 3 ਮਰਲੇ ਤੂੰ ਹਿਸਾਬ ਲਾ ਆਪਣੇ ਪਿੰਡ ਦੇ ਵਿੱਚ ਮਰਲਾ ਦਾ 25 ਤੋਂ 30 ਲੱਖ ਰੁਪਏ ਨੂੰ ਕਿੱਲਾ ਜਿਹੜਾ ਇੱਥੇ ਆਪਣੇ ਰੇਟ ਚੱਲਦਾ 3 ਮਰਲੇ ਦਾ ਐਸਟੀਮੇਟ ਲਾ 3 ਮਰਲੇ ਦਾ ਐਸਟੀਮੇਟ ਲਾ 2 ਲੱਖ ਦੇ ਬਣਦੇ 3 ਮਰਲੇ ਕਿਹੜੇ 2 ਲੱਖ ਦੇ ਹਾਂ 2.5-2 ਲੱਖ ਦੇ ਬਣਦੇ 40 ਲੱਖ ਕੇਸ ਤੇ ਲਾਤਾ ਉਹ ਜਾ ਜਰ ਚਾਚਾ ਕਮਾਲ ਦੀ ਗੱਲ ਆ ਤੇਰੀ ਓਏ ਗੱਲ 40 ਲੱਖ ਦੀ ਨਹੀਂ ਹੁੰਦੀ ਕਹਿ ਲਿਆ ਜਦੋਂ ਗਰਾਰੀ ਫੜ ਜੇ ਨਾ ਹੈ ਚਾਹੇ ਸਾਰੀ ਜ਼ਮੀਨ ਦਾਤ ਤੇ ਲੱਗ ਜੇ ਗੱਲ ਫਿਰ ਉਹਦੀ ਹੁੰਦੀ ਆ ਯਾਰ ਮਤਲਬ ਸਰੀਕੇ ਵਾਲੀ ਗੱਲ ਇਹ ਸਰੀਕੇ ਚ ਮੇਰਾ ਸਾਲਾ ਕੱਲਾ 40 ਲੱਖ ਕੱਲਾ 40 ਲੱਖ ਆਪਣਾ ਨਹੀਂ ਲੱਗਿਆ ਹਾਂ ਰੁਪਈਆ ਉਹਦਾ ਹੀ 25-30 ਲੱਖ ਲੱਗਿਆ ਚਾਚਾ ਲੱਗਿਆ ਵਰਲਾ ਨਹੀਂ ਇਹਦਾ ਕੱਲਾ ਤਾਂ ਬੈ ਕਰਿਆ ਉਹਨਾਂ ਨੇ ਮੈਂ ਸੁਣਿਆ ਤੁਸੀਂ ਕੇਸ ਹਾਰ ਗਏ ਓਏ ਹਾਰ ਕੇ ਕੇਸ ਹੁਣ ਕੀ ਪਤਾ ਲੱਗਦਾ ਯਾਰ ਕਿਹੜਾ ਪੈਸੇ ਦਾ ਚੱਕਰ ਅੱਜ ਕੱਲ ਕਿਹੜੇ ਕੇਸ ਨੇ ਕਿਹੜੇ ਜੱਜ ਨੇ ਕਿਹੜੇ ਵਕੀਲ ਨੇ ਨਹੀਂ ਕਿੰਨਾ ਖਰਚਾ ਆ ਗਿਆ ਹੋ ਤੇਰਾ ਖਰਚਾ ਮੈਨੂੰ ਲੱਗਦਾ ਘੱਟੋ ਘੱਟ 30-35 ਦੇ ਗੇੜ ਆ ਗਏ ਨਾਲੇ ਤੈਨੂੰ 11-12 ਸਾਲ ਹੋ ਗਏ ਮੇਰੇ ਸਾਲੇ ਦੇ ਅੱਟ ਕੁੱਤੇ ਵਾਲਾ ਪੈਰ ਉਹਦੇ ਤੇਰੀ ਲੱਤ ਭੰਨ ਬੈਠੇ ਉਹ ਪਰ ਛੱਡੀ ਨਹੀਂ ਜਾਂਦੀ ਜ਼ਮੀਨ ਆ ਕਿਵੇਂ ਛੱਡ ਦਈਏ ਤੇ ਹੁਣ ਤਾਂ ਛੱਡੀ ਗਈ ਕਿੱਥੇ ਛੱਡੀ ਗਈ ਹਾਈ ਕੋਰਟ ਵੀ ਠੋਕੂ ਹਾਈ ਕੋਰਟ ਸੁਪਰੀਮ ਕੋਰਟ ਸੱਚ ਯਾਰ ਗੱਲ ਸੁਣ ਉਹ ਤਾਂ ਮਾਫੀਆਂ ਮੰਗੀ ਜਾਂਦਾ ਉਹ ਕਹਿੰਦਾ ਯਾਰ ਅਕਸ਼ਰ ਨੂੰ ਫੇਰ ਵੀ ਮੇਰੇ ਚਾਚੇ ਦਾ ਪੁੱਤ ਹੈ ਠੀਕ ਹੈ ਨਾ ਇੱਕ ਖੂਨ ਹੈ ਆਫਟਰ ਆਲ ਸਾਡੇ ਜਿਹੜੇ ਪਿਓ ਸੀ ਉਹ ਭਰਾ ਸੀ ਇਹ ਠੀਕ ਹੈ ਨਾ ਜਿਹੜਾ ਉਹਨਾਂ ਦਾ ਪਿਓ ਸੀ ਉਹ ਸਾਡਾ ਪਿਓ ਸੀ ਯਾਰ ਉਹ ਪਛਤਾ ਰਿਹਾ ਬਹੁਤ ਜ਼ਿਆਦਾ ਵਾਲਾ ਪਛਤਾ ਨਹੀਂ ਨਹੀਂ ਗੱਲ ਨਹੀਂ ਨਹੀਂ ਪਰਮਾਤਮਾ ਦੀ ਕਸਮ ਵਾਲਾ ਪਛਤਾ ਰਿਹਾ
ਕਹਿੰਦਾ ਯਾਰ ਵੀ ਸੋਟ ਆਕੜਾ ਹੈ ਮੇਰੇ ਫਿਰ ਗਲਤ ਕਿਆ ਪੈਰੀ ਡਿੱਗ ਰਿਹਾ ਪੈਟਰੋਲ ਮੇਰੇ ਕਹਿੰਦਾ ਯਾਰ ਗਲਤੀ ਹੋ ਗਈ ਰੋ ਰਿਹਾ ਸੀ ਵਾਲਾ ਰੋਇਆ ਓਏ ਅੱਜ ਵਾਲਾ ਰੋਇਆ ਅੱਜ ਜਿੰਨੇ ਮੈਂ ਰੋਂਦਾ ਨਹੀਂ ਦੇਖਿਆ ਓਏ ਇਕੱਠੇ ਹੋ ਜਾਓ ਯਾਰ ਕਿ ਨਹੀਂ ਫਿਰ ਵੇ मिलाप हो जाए अज थोड़ा यार यार रो रहा कहंदा भैन 35 लाख तू लै लिया 40-45 लाख उन्हें ला लिया ठीक है ना रगड़े तुसी गए मरले मेरे साले 3 सी ठीक है ना गलती ਉਹਦਾ ਰੋ ਰਿਹਾ ਉਹ ਆਫਟਰ ਆਲ ਮਾਫੀ ਮੰਗਣਾ ਤਾਂ ਉਹ ਗੱਲ ਸੁਣ ਲਾ ਮੈਂ ਇੱਕ ਚੱਲ ਹਾਂ ਚਾਚਾ ਪਹਿਲਾਂ ਉਹ ਤੋਂ ਮਾਫੀ ਮੰਗਾ ਭੱਜਿਆ ਓਏ ਪਰੇ ਹਿੜੀ ਮੇਰੇ ਸਾਲਿਓ ਸੁੱਡ ਲੋ ਓਏ ਇੱਕ ਦੂਜੇ ਤੋਂ ਮਾਫੀ ਮੰਗਾਉਣ ਦੇ ਚੱਕਰ 'ਚ ਜ਼ਿੰਦਗੀ ਕੱਢ ਲਿਓ ਇੰਨੀ ਕੁ ਜ਼ਿੰਦਗੀ ਹੈ ਇਹ 'ਚ ਮਾਫੀ ਮੰਗਾ ਅੱਗੇ ਆ ਚੱਕਰ 'ਚ ਮੇਰੇ ਸਾਲਿਓ ਕਰੋੜ ਲਾ ਲਿਆ ਉਹੀ ਕਰੋੜ ਹੁੰਦਾ 20 ਕਿੱਲੇ ਬੈ ਲੈ ਲੈਂਦੇ ਤੂੰ ਮੰਗਾਉਣੇ ਕਿ ਨਾ ਫਿਰ ਉਹ ਕਹੇ ਤੂੰ ਖੜ ਇੱਥੇ ਮੈਂ ਉਹਦੇ ਕੋਲੇ ਜਾਣਾ ਠੀਕ ਹੈ ਨਾ ਇਹਨਾਂ ਦੀ ਸੁਲਾਹ ਕਰਾਉਣੀ ਕਰਾਉਣੀ ਅੱਜ ਆਫਟਰ ਆਲ ਅੱਜ ਤੱਕ ਮੈਂ ਗੱਪ ਨਹੀਂ ਬੋਲਿਆ ਅੱਜ ਗੱਪ ਜੀ ਪਾਉਣ ਵਿਚੋਲੇ ਨੂੰ ਗੱਪ ਬੋਲਣੇ ਪੈਂਦੇ ਆਫਟਰ ਆਲ ਮੈਂ ਠੋਕੂ ਗੱਪ ਠੀਕ ਹੈ ਨਾ ਮਨਾਉਣਾ ਯਾਰ ਅੱਜ ਉਹਨਾਂ ਦੀ ਸੁਲਾਹ ਕਰਾਉਣੀ ਹੈ ਠੀਕ ਹੈ ਨਾ ਤੇਰੇ ਠੀਆ ਚਾਚਾ ਜੀ ਸਿਓ ਹਾਂ ਕੀ ਗੱਲ ਤਾਂ ਸੁਣ ਲਿਆ ਗੱਲ ਤਾਂ ਸਾਲੀ ਹੋਰ ਹੀ ਹੋ ਗਈ ਯਾਰ ਹੈ ਸਰੀਕਾ ਭਿੱਜੀ ਬੱਲੀ ਬਿੱਲੀ ਵਾਂਗੂ ਫਿਰਦਾ ਨਾ ਮੂਰੇ ਜੀ ਓਏ ਗੱਲ ਜਾ ਓਏ ਜਾ ਚਾਚਾ ਸਾਲਾ ਮੈਂ ਤਾਂ ਹੋਰ ਹੀ ਹੋ ਗਿਆ ਹਾਂ ਹਾਂ ਦੱਸ ਉਹਨੂੰ ਮੈਂ ਜਦੋਂ ਜਾ ਕੇ ਦੱਸਿਆ ਹਾਂ ਉਹਦੇ ਕੋਲੇ ਮੈਂ ਸਾਰੀ ਗੱਲ ਫਰੋਲੀ ਹਾਂ ਚਾਚਾ ਰੋ ਪਿਆ ਓਏ ਓਏ ਤਾਂ ਹਾਂ ਮਾਰ ਕੇ ਰੋ ਪਿਆ ਕਹਿੰਦਾ ਯਾਰ ਮੇਰੇ ਯਾਰ ਤਾਏ ਦਾ ਮੁੰਡਾ ਹੈ ਯਾਰ ਅਸੀਂ ਸਾਰੀ ਉਮਰ ਮੇਰੇ ਸਾਲੇ ਰੋਇਆ ਚਾਚਾ ਮੈਂ ਉਹਨੂੰ ਰੋਂਦੇ ਨੂੰ ਦੇਖ ਕੇ ਮੇਰਾ ਵੀ ਰੋਣ ਨਿਕਲਿਆ ਮਾੜਾ ਜਿਹਾ ਮੈਂ ਵੀ ਰੋਇਆ ਉੱਥੇ ਹਾਂ ਅੱਛਾ ਮੈਂ ਵੀ ਰੋਇਆ ਚਾਚਾ ਇਹ ਤਾਂ ਨਹੀਂ ਹੋ ਸਕਦਾ ਨਹੀਂ ਚਾਚਾ ਰੋਇਆ ਯਾਰ ਕਮਾਲ ਦੀ ਗੱਲ ਪਰਮਾਤਮਾ ਦੀ ਕਹਿ ਸਮੈਂ ਹੋਰ ਜਦੋਂ ਮੈਨੂੰ ਕਿਹਾ ਮੈਂ ਕਿਹਾ ਯਾਰ ਚਾਚੇ ਤਾਏ ਦੇ ਪੁੱਤ ਹੈ ਉਹ ਕਹਿੰਦਾ 35-36 ਲੱਖ ਅਸੀਂ ਲੈ ਲਿਆ ਮੈਂ ਕਿਹਾ 40-45 ਅਸੀਂ ਲੈ ਲਿਆ ਬਚਿਆ ਕਿ ਚਾਚੂ ਫਿਰ ਰੋ ਪਿਆ ਫਿਰ ਉਹਦਾ ਐ ਜਾਨੀ ਦਰਿਆ ਵਗਾਤਾ ਚਾਚਾ ਉਹਨੇ ਖਾਲ ਭਰ ਗਿਆ ਉਹਦੇ ਹੰਝੂਆਂ ਨਾਲ ਇੰਨਾ ਰੋਇਆ ਯਾਰ ਕਹਿੰਦਾ ਖੂਨ ਖੂਨ ਦੀ ਖਿੱਚ ਹੁੰਦੀ ਹੈ ਚਾਚਾ ਹਾਂ ਚਾਚਾ ਵੈਲਾ ਰੋਇਆ ਚਾਚਾ ਤੂੰ ਚੱਲ ਚਾਚਾ ਜੀ ਸਿਓ ਆਪਾਂ ਜੱਫੀ ਪਾ ਕੇ ਉਹਨੂੰ ਲੈ ਗਏ ਇੱਥੇ ਚਾਚੇ ਹੈ ਚੱਲ ਜਾ ਰਾਜਾ ਵੈਲਾ ਰੋਇਆ ਨਹੀਂ ਮੈਂ ਨਹੀਂ ਕਹਿੰਦਾ ਇੱਥੇ ਜਾਂਦਾ ਮੈਂ ਨਹੀਂ ਉਹਦੀ ਸਰੀਕ ਤੇ ਜਾ ਕੇ ਕਹਾਂ ਪੈਰ ਧਰਦਾ ਭੱਜਿਆ ਓਏ 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 ਹਲੋ ਓਏ ਗੱਲ ਛੱਡ ਭੱਜਿਆ ਯਾਰ ਪਰੇ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਖਾਤਰੀ ਜਦੋਂ ਆਫਟਰ ਆਲ ਇੰਨਾ ਰੋ ਰਿਹਾ ਚਾਚਾ ਮੈਂ ਰੋ ਰਿਹਾ ਠੀਕ ਹੈ ਨਾ ਧਰਤੀ ਵੀ ਰੋਈ ਉੱਥੇ ਜਿੰਨੇ ਦਰਖਤ ਆ ਜਦੋਂ ਚਾਚਾ ਉਹਨੇ ਸਟੋਰੀ ਸੁਣਾਈ ਦਰਖਤ ਵੀ ਤ੍ਰਿਪ ਤ੍ਰਿਪ ਕਰਕੇ ਰੋਏ ਤੇਰਾ ਮਨ ਕਿਉਂ ਨਹੀਂ ਪਿਘਲਦਾ ਠੀਕ ਹੈ ਨਾ ਜੇ ਤੂੰ ਨਹੀਂ ਜਾਣਾ ਮੇਰਾ ਮਰੇ ਦਾ ਮੂੰਹ ਦੇਖ ਕੇ ਚਾਚਾ ਮੇਰਾ ਮਰੇ ਦਾ ਮੂੰਹ ਠੀਕ ਹੈ ਨਾ ਆਫਟਰ ਆਲ ਆਪਾਂ ਲੈ ਕੇ ਜਰੂਰ ਆ ਜਾ ਚਾਚਾ ਜੀ ਸਿਓ ਠੀਕ ਹੈ ਨਾ ਦੋਨੇ ਭਰਾਵਾਂ ਦੀ ਸੁਲਾਹ ਹੋ ਗਈ ਅੱਜ ਅਸਮਾਨ ਵੀ ਰੋਊਗਾ ਅੱਜ ਅਸਮਾਨ ਰੋਊਗਾ ਆ ਜਾ ਚਾਚਾ ਜੀ ਸਿਓ ਆ ਜਾ ਲੈ ਆਫਟਰ ਆਲ ਮੈਂ ਤਾਂ ਕਰ ਰਿਹਾ ਸੀ ਅੱਜ ਅਸਮਾਨ ਵੀ ਰਹੂ ਅੱਜ ਕੀੜੇ ਵੀ ਰੋਣਗੇ ਧਰਤੀ ਵੀ ਰਹੂ ਦਰਖਤ ਵੀ ਰੋਣਗੇ ਕੀੜੇ ਦੇ ਪੈਰ ਨਾ ਕੀੜੇ ਨਾ ਚਾਚਾ ਆਪਾਂ ਨਹੀਂ ਆਪਾਂ ਚਾਚਾ ਰੋ ਰਿਹਾ ਠੀਕ ਹੈ ਨਾ ਹੁਣ ਹੋ ਸਕਦਾ ਹੰਝੂ ਪੂੰਝ ਲੈ ਹੁਣ ਉਹਨੇ ਠੀਕ ਹੈ ਨਾ ਚਾਚਾ ਸੁਲਾ ਕਰੋ ਓਏ ਖੂਰ ਖੂਰ ਹੀ ਹੁੰਦਾ ਚਾਚਾ ਜੀ ਸੋ ਆ ਗੜਾ ਆ ਗਿਆ ਚਾਚਾ ਜੀ ਸੋ ਹੈਲੋ ਅਮਨਾ ਸਿੰਘ ਚਾਚਾ ਜੀ ਸੋ ਖੁਦ ਆਪ ਆ ਗਏ ਓਏ ਮੂੰਹ ਨਾ ਫੇਰ ਚਾਚਾ ਆ ਦੇ ਆ ਦੇ ਗੱਲ ਤਾਂ ਸੁਣ ਉਰੇ ਆ ਆ ਜਾ ਆ ਦੇਖ ਰੋ ਰਹੇ ਆ ਮੇਰੇ ਸਾਰੇ ਆ ਦੇਖ ਅੱਛਾ ਗੱਲ ਤਾਂ ਸੁਣ ਲੈ ਆ ਦੇਖ ਯਾਰ ਹੈਲੋ ਆ ਦੇਖ ਰੋ ਰਹੇ ਓਏ ਭਰਾਵਾਂ ਤੋਂ ਵੱਧ ਕੇ ਕੋਈ ਨਹੀਂ ਕੰਜਰੋ ਓਏ ਛੋਟੀ ਜੀ ਜ਼ਿੰਦਗੀ ਆ ਸਾਲਿਓ ਮੇਰੇ ਉਹ ਧਰਤੀ ਇੱਥੇ ਹੀ ਰਹਿ ਜਾਣੀ ਆ ਕੀ ਖੱਟ ਲਿਆ ਮੇਰਾ ਕਸੂਰ ਕੀ ਸੀ ਪਹਿਲਾਂ ਮੈਨੂੰ ਆਦਾ ਨਹੀਂ ਛੱਡ ਦੇ ਉਹ ਗੱਲਾਂ ਹਰ ਸਾਰੀਆਂ ਮਟਿਆ ਦੀ ਸਾਰੀਆਂ ਮਟਿਆ ਦੀ ਜੱਫੀ ਯਾਰ ਮੇਰੀ ਗੱਲ ਸੁਣ ਲੈ ਜੇ ਤਾਂ ਅੱਗੇ ਵਧਣਾ ਜ਼ਿੰਦਗੀ 'ਚ ਪੁਰਾਣੀਆਂ ਗੱਲਾਂ ਨਾ ਕੋਈ ਯਾਦ ਕਰ ਸਰ ਦਿਓ ਠੀਕ ਹੈ ਸਰ ਦਿਓ ਮੈਂ ਵੀ ਦੁਖੀ ਹਾਂ ਤੂੰ ਵੀ ਦੁਖੀ ਹਾਂ ਹਾਂ ਠੀਕ ਹੈ ਜੱਫ ਗੱਪ ਆਉਂਦਾ ਜੇ ਪੁਰਾਣੀਆਂ ਗੱਲਾਂ ਕਰਨੇ ਨੇ ਫਿਰ ਤਾਂ ਫਾਇਦਾ ਨਹੀਂ ਕੋਈ ਇੱਥੇ ਹੋਣ ਦਾ ਹਾਂ ਠੀਕ ਹੈ ਜੇ ਹੁਣ ਅੱਗੇ ਵਧਣਾ ਹੁਣ ਅੱਗੇ ਵਾਲੀਆਂ ਗੱਲਾਂ ਕਰਾਂਗੇ ਹਾਂ ਮਿੱਟੀ ਪਾ ਸਾਰੀ ਮਿੱਟੀ ਪਾ ਲੈ ਜੱਫੀਆਂ ਪਾ ਜੱਫ ਗੱਪ ਪਾ ਲੈਣਾ ਓ ਰੱਬਾ ਅੱਜ ਤੂੰ ਵਿਸੜੇ ਭਰਾ ਬਣਾ ਤੇ ਵੇ ਤੇਰਾ ਸ਼ੁਕਰ ਹੈ ਜੋੜੀਆਂ ਹੁਣ ਬਣੀਆਂ ਇੱਕ ਸਾਰ ਜੋੜੀਆਂ ਹੁਣ ਬਣੀਆਂ ਚੱਲ ਫੋਟੋ ਤੇ ਆ ਜਾ ਆ ਲੈ ਚਾਚਾ ਜੀ ਸੁਣ ਲਾਉਣਾ ਯਾਰ ਚਾਹ ਹੁਣ ਵੀ ਹੈ ਪੈਗ ਲਾਓ ਆ ਜਾ ਉੱਥੇ ਆ ਜਾ ਆ ਜਾ ਚਾਚਾ ਜੀ ਸੁਣ ਆ ਜਾ ਆ ਜਾ ਓ ਭਾਈ ਮਾਰ ਦੇ ਭਾਈ ਹੀ ਗਾਲੇ ਲਾਉਂਦੇ
ਕੱਲਾ ਨਾ ਹੋਵੇ ਪੁੱਤ ਜੱਟ ਦਾ ਹੋ ਕੱਲੀ ਹੋਵੇ ਨਾ ਕੱਲੀ ਹੋਵੇ ਨਾ ਬਣਾ ਦੇ ਵਿੱਚ ਲੱਕੜੀ ਕੱਲਾ ਨਾ ਹੋਵੇ ਪੁੱਤ ਜੱਟ ਦਾ ਹੋ ਕੱਲੀ ਹੋਵੇ ਨਾ ਓ ਵੀਰਾ ਸਕਾ ਹੋਵੇ ਚਾਹੇ ਹੋਵੇ ਪੁੱਤ ਚਾਚੇ ਤਾਏ ਦਾ ਉਹ ਪਤਾ ਲੱਗਣ ਨਹੀਂ ਦਿੰਦਾ ਮਾੜਾ ਟਾਈਮ ਆਏ ਦਾ ਆ ਜਾਓ ਚਾਚਾ ਜੀ ਸਿਓ ਆ ਜਾਓ ਪਲੀਜ਼ ਕਿੰਨੇ ਸਾਲਾਂ ਬਾਅਦ ਆਇਆ ਹਮਨਾ ਸਿੰਘ ਬੈਠੋ ਹਾਂ ਬੈਠੋ ਬੈਠੋ ਚਾਚਾ ਜੀ ਸਿਓ ਚਾਚਾ ਓਏ ਓਏ ਚਾਚਾ ਬਚਾਲੀ ਬੈਠਣਾ ਪੈਣਾ ਨਹੀਂ ਦੇਖ ਤੁਹਾਡੀ ਦੋਨਾਂ ਭਰਾਵਾਂ ਦੀ ਸੁਲਾਹ ਹੋ ਗਈ ਦੇਖ ਅਸਮਾਨ ਵੀ ਹੱਸ ਰਿਹਾ ਦਰਖਤ ਵੀ ਹਰੇ ਭਰੇ ਹੋ ਗਏ ਹੱਸਿਆ ਦੇਖਿਆ ਮੈਂ ਠੀਕ ਹੈ ਨਾ ਦੇਖਣ ਵਾਲੀ ਦੀ ਨਿਗਾਹ ਚਾਹੀਦੀ ਹੈ ਹਰੇ ਭਰੇ ਦਰਖਤ ਹੋ ਗਏ ਹੱਸ ਰਿਹਾ ਠੀਕ ਹੈ ਨਾ ਦੇਖ ਯਾਰ ਇੱਕੋ ਹੀ ਤੁਹਾਡੀਆਂ ਭੂਆ ਫੁੱਫੀਆਂ ਚਾਚੀਆਂ ਤਾਈਆਂ ਇੱਕੋ ਹੀ ਹੈ ਸਾਰੀ ਉਮਰ ਤਿੰਨ ਮਰਲਿਆਂ ਪਿੱਛੇ ਲੜ ਕੇ ਕੱਢ ਲਈ ਠੀਕ ਹੈ ਨਾ ਮੁੜ ਕੇ ਠਾਣੋ ਠਾਣੀ ਹੋਏ ਠਾਣੀ ਵਾਲਾ ਹੋ ਗਿਆ ਬਾਲਾ ਹੋ ਗਿਆ ਠਾਣੀ ਵਾਲਾ ਹੋ ਗਿਆ ਤਿੰਨ ਮਰਲੇ ਖਤਰ ਮੈਂ ਕਹਣਾ ਹੁਣ ਚਾਹੇ ਆਪਣੇ 2 ਕਿੱਲੇ ਵਾਲੇ ਯਾਰ ਲੈ ਜਾਈ ਬੰਦਾ ਥੱਲੇ ਵਾਲੇ ਮੇਰੇ ਵਾਲੇ ਢਾਈ ਵਾਲੇ ਮੇਰੇ ਲੈ ਲੜਾਈ ਲੜਾਈ ਮੈਪ ਕਰੋ ਕੁੱਤੇ ਦੀ ਲਿੰਡੀ ਸਾਫ਼ ਕਰੋ ਛੱਡਦੇ ਸਾਰੀਆਂ ਗੱਲਾਂ ਠੀਕ ਹੈ ਨਾ ਮੇਰੀ ਗੱਲ ਸੁਣ ਲਓ ਸਾਰੀਆਂ ਗੱਲਾਂ ਛੱਡੀਆਂ ਤੂੰ ਐ ਕਰ ਹਾਂ ਇਹ ਆ ਫੜ 4000 ਰੁਪਇਆ ਹਾਂ ਤੂੰ ਐ ਕਰ ਮੇਰੇ ਸਾਲੇ ਜਸ਼ਨ ਹੋਣਗੇ ਇੱਥੇ ਯਾਰ ਦੋ ਭਰਾ ਮਿਲੇ ਚੱਕ 10000 ਰੁਪਇਆ ਲਿਆ ਕਰਾਂ ਸਮਾਨ ਗੱਲ ਕੀ ਹੈ ਯਾਰ ਫਿਰ ਐਂ ਕਰਦਾ ਚਾਚਾ ਨਾਲੇ ਤਾਂ 2 ਡੱਬੇ 20 ਦੇ ਯਾਰ 2 ਲਿਆ ਇੱਕ ਲਿਆਉਣਿਆ ਮੇਰਾ ਸਾਲਾ ਦਾਰੂ ਦਾ ਡੱਬਾ ਨਾਲ ਲਿਆਉਣਿਆ ਬੱਕਰਾ 10 15 ਬੇਲੀ ਸਾਦੇ ਆ ਚੱਲ ਤੇ ਕੰਮ ਨੂੰ ਮੇਰੀ ਗੱਲ ਪੈਸੇ ਘਟ ਜਾਣਗੇ ਹਾਂ ਆ ਫੜਦਾ ਫਿਰ ਠੀਕ ਹੈ ਗੱਲ ਕਰਦੀ ਹੈ ਠੀਕ ਹੈ ਤੂੰ ਐਂ ਕਰ ਸਮਾਨ ਸਾਰਾ A to Z ਲਿਆ ਬਸ ਚੱਕ ਪਤਾ ਨਹੀਂ ਕਿੰਨਾ ਸਾਰਾ ਬਟੂਆ ਲਿਆ ਬਸ ਮੈਂ ਲਿਆਉਣਾ ਹੈ ਓਏ ਖੁਸ਼ੀਆਂ ਚੜ ਗਈਆਂ ਜਾਣਾ ਜਾਣਾ ਵਾ ਚੱਲੂਗੀ ਪਾਰਟੀ ਚੱਲੂਗੀ ਚੱਲੂਗੀ ਤੇਰੇ ਤੇਰੇ ਹਾਂ ਸਹੀ ਗੱਲ ਹੈ ਕਰਨੈਲ ਸਿੰਘ ਕਮਾਲ ਹੈ ਯਾਰ ਤੇਰੀ ਓ ਰੱਬਾ ਰੱਬਾ ਓ ਰੱਬਾ ਜਿਹੜੀ ਤੂੰ ਸ੍ਰਿਸ਼ਟੀ ਸਾਜੀ ਹੈ ਕੀੜੇ ਤੋਂ ਲੈ ਕੇ ਪਤੰਗੇ ਤੱਕ ਜਾਨਵਰਾਂ ਦਰਖਤਾਂ ਧਰਤੀ ਸਾਰੀ ਸ੍ਰਿਸ਼ਟੀ ਜਿਹੜੀ ਤੂੰ ਸਾਜੀ ਹੈ ਰੱਬਾ ਸਾਰੀ ਸ੍ਰਿਸ਼ਟੀ ਦੀ ਸਮਝ ਆ ਗਈ ਨਹੀਂ ਨਹੀਂ ਇਹ ਸਮਝ ਆ ਗਈ ਸਾਰੀ ਦੁਨੀਆ ਦੀ ਪਰ ਮੇਰੇ ਸਾਲੇ ਦੀ ਇਹ ਕੌਮ ਦੀ ਸਮਝ ਨਹੀਂ ਆਈ ਰੱਬਾ ਇਹ ਕੈਸੀ ਕੌਮ ਤਿਆਰ ਕਰਤੀ ਤੂੰ ਇਹ ਕੈਸੀ ਤੂੰ ਜਨਰੇਸ਼ਨ ਪੈਦਾ ਕਰਤੀ ਤੂੰ ਕਮਾਲ ਆ ਯਾਰ ਇਹਦੀ ਸਮਝ ਨਹੀਂ ਆਈ ਰੱਬਾ ਹੈ ਪਹਿਲਾਂ ਤਾਂ ਸਾਰੀ ਉਮਰ ਲੜਦੇ ਰਹੇ ਹੈ ਕੋਰਟ ਕਚਹਿਰੀਆਂ ਥਾਣਿਆਂ 'ਚ ਪੈਸੇ 3 ਮਰਲਿਆਂ ਪਿੱਛੇ ਮੇਰੇ ਸਾਲਿਆਂ ਨੇ 3 ਕਰੋੜ ਖਰਚਤਾ ਅੱਜ ਇਹਨਾਂ ਦੀ ਸੁਲਾਹ ਹੋ ਗਈ ਮੇਰੇ ਸਾਲੇ ਅੱਜ ਸੁਲਾਹ 'ਚ ਪੈਸੇ ਖਰਚੀ ਜਾਂਦੇ ਆ ਉਹ ਕਹਿੰਦਾ 10000 ਲੈ ਜਾ ਬੱਕਰੇ ਲਿਆ ਉਹ ਕਹਿੰਦਾ 20000 ਲੈ ਜਾ ਦਾਰੂਆਂ ਲਿਆ ਇਹ ਕੌਮ ਕੈਸੀ ਆ ਰੱਬਾ ਖੁਸ਼ੀ ਹੈ ਤਾਂ ਵੀ ਪੈਸੇ ਖਰਚਦੇ ਆ ਗਮੀ ਆ ਤਾਂ ਵੀ ਪੈਸੇ ਖਰਚਦੇ ਆ ਲੜਾਈ ਝਗੜਾ ਤਾਂ ਵੀ ਪੈਸੇ ਖਰਚਦੇ ਆ ਬਈ ਵਾਲੀ ਜਿਹੜੀ ਜਟਵਾੜਾਂ ਦੀ ਕੌਮ ਆ ਨਾ ਵਾਲੀ ਵੱਖਰੀ ਬਣਾਈ ਆ ਓਏ ਰੱਬਾ ਇਹ ਕੌਮ ਦਾ ਮੈਨੂੰ ਸਮਝ ਨਹੀਂ ਆਈ ਮੈਨੂੰ ਕੀ ਰੱਬਾ ਇਹ ਕੌਮ ਦੀ ਤਾਂ ਤੈਨੂੰ ਸਮਝ ਨਹੀਂ ਆਈ ਹੋਣੀ ਕਿਹੋ ਜਿਹੀ ਆ ਚੱਲ ਭੈਣ ਭਰਾਵੇ ਟੈਂਟਾ ਪਤਾ ਚ ਬੱਕਰੇ ਪੀ ਕੇ ਖਾਈਏ ਬਈ ਇਹ ਜਟਵਾੜ ਕੌਮ ਇਹ ਜਟਵੈੜ ਕੌਮ ਬਾਹਲੀ ਕੱਬੀ ਜਟਵੈੜ ਕੌਮ ਹੈ ਨਿਡਰ ਕੌਮ ਇਹ ਹੈ ਡਰਪੋਕਲ ਕੌਮ ਇਹ ਹੈ ਲੜਾਈ ਵਾਲੀ ਕੌਮ ਇਹ ਹੈ ਜਾਂ ਚਾਰੇ ਮੈਂ ਇਹਨੇ ਚਾਰੇ ਪਾਸੇ ਬੱਲੇ ਬੱਲੇ ਆ ਪਰ ਪੈਸਾ ਖਰਚਣ ਲੱਗੀ ਨਹੀਂ ਉਹ ਦੇਖਦੀ ਇਹ ਕੌਮ ਠੀਕ ਹੈ ਨਾ ਮੁੜ ਕੇ ਚਾਹੇ ਫਾਹਾ ਲੈਣਾ ਪੈ ਜੇ ਮੇਰੇ ਸਾਲੇ ਇੱਕ ਵਾਰੀ ਖੁਸ਼ੀਆਂ ਦੇ ਵਿੱਚ ਨਾ ਸਾਰਾ ਕੁਛ ਹੀ ਲਾ ਦਿੰਦੇ ਆ ਚੱਲ ਮੇਰੇ ਸਾਲਿਆਂ ਦੇ ਸੋਹਣੇ ਹੋਇਆਂ ਤੋਂ ਵੀ 50000 ਖਰਚ ਗਏ ਕਹਦੇ ਯਾਰ ਚੱਲ ਭੈਣ ਭਰਿਆ ਵੇ ਟੈਂਟਿਆ ਸ੍ਰੀ ਅਕਾਲ ਸਰਦਾਰ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਸੋ ਕਿਵੇਂ ਲੱਗਦੇ ਆ ਸਾਡੇ ਵੀਡੀਓ ਤੁਹਾਨੂੰ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ
ठीक है ना, बहुत प्यार मिल रहा थोड़े। तो दूजी गल थोड़े ना जी खुशखबरी साझी करनी है वह यह है कि असी लाइव शो भी लाने हैं, जिमें मेला होया सभ्याचारक, ठीक है ना, कदे कबड्डी का टूरनामेंट होया, ब्याह शादियां च, क्योंकि हसना हसाना बड़ा जरूरी है हुण दे टाइम च, टेंशन बहुत है। सो थोड़े बाई होनी टेंशन वीडियो च भी लाउंदे है ते लाइव शो च भी लाउंदे है, किसी भी खुशी के मौके पर थोनू लोड़ है भी आप भाने हुणा नू सदना है ते असी आवांगे लाइव शो लावांगे। साडे नाल कंटैक्ट करना थले नंबर चल रहे है जटवाइडो, लाओ फोन ते करो कंटैक्ट। या वे